ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ ਦੇਖ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭ੍ਰਿਸ਼ਟਾਚਾਰ ਨੂੰ ਲੜਨ ਦੀ ਜਿਹੜੀ ਇੱਛਾ ਸ਼ਕਤੀ ਹੈ ਵਿਲ ਪਾਵਰ ਉਹ ਬਿਲਕੁਲ ਖਤਮ ਹੁੰਦੀ ਨਜ਼ਰ ਆਉਂਦੀ ਜਿਸ ਢੰਗ ਦੇ ਨਾਲ ਪੰਜਾਬ ਸਰਕਾਰ ਨੇ ਜਸਟਿਸ ਨਾਰੰਗ ਦੀ ਰਿਪੋਰਟ ਨੂੰ ਅਖੀਰਲੇ ਦਿਨ ਬਜਟ ਇਜਲਾਸ ਵਿੱਚ ਪੇਸ਼ ਕੀਤਾ ਤਾਂ ਕਿ ਉੱਥੇ ਕੋਈ ਬਹਿਸ ਨਾ ਹੋ ਸਕੇ ਇੱਥੋਂ ਸਾਫ ਨਜ਼ਰ ਆਉਂਦਾ ਕਿ ਇਹ ਤਾਕਤਵਰ ਕਰਪਟ ਬੰਦਿਆਂ ਨੂੰ ਬਚਾਉਣ 'ਤੇ ਸਰਕਾਰ ਆ ਗਈ ਇਸੇ ਰਿਪੋਰਟ ਨੂੰ ਅਸੀਂ ਹਾਈਕੋਰਟ ਵਿੱਚ ਚੁਣੌਤੀ ਦੇਵਾਂਗੇ ਔਰ ਜਸਟਿਸ ਨਾਰੰਗ ਦੀ ਰਿਪੋਰਟ ਤੋਂ CBI ਜਾਂਚ ਦੀ ਮੰਗ ਕਰਾਂਗੇ ਕਿਉਂਕਿ ਇਹਦੇ 5 ਕਰੋੜ ਰੁਪਈਆ ਜਿਹੜਾ ਵਾ ਉਹ ਗੁਰਿੰਦਰ ਠੇਕੇਦਾਰ ਜਿਸ ਨੇ 1000 ਕਰੋੜ ਦਾ ਚੂਨਾ ਲਾਇਆ ਇਰੀਗੇਸ਼ਨ ਡਿਪਾਰਟਮੈਂਟ ਨੂੰ ਉਹ ਤੱਥ ਅੱਜ ਤੱਕ ਸਾਹਮਣੇ ਨਹੀਂ ਲੈ ਕੇ ਆਈ ਸਰਕਾਰ ਔਰ ਉਸਦੀ CBI ਜਾਂਚ ਮੰਗਾਂਗੇ ਕਿਉਂਕਿ ਹੋ ਸਕਦਾ ਗੁਰਿੰਦਰ ਠੇਕੇਦਾਰ ਵਰਗੇ ਕਿੰਨੇ ਹੀ ਹੋਰ ਕਰਪਟ ਆਦਮੀਆਂ ਨੇ ਇਹਨਾਂ ਖੱਡਾਂ ਦੇ ਵਿੱਚ ਪੈਸੇ ਲਾਏ ਹੋਣਗੇ ਇਹ ਜਾਣਨਾ ਪੰਜਾਬ ਦੇ ਲੋਕਾਂ ਲਈ ਬਹੁਤ ਬਹੁਤ ਲਾਜ਼ਮੀ ਆ ਔਰ ਜਸਟਿਸ ਨਾਰੰਗ ਦੀ ਰਿਪੋਰਟ ਅਫਸੋਸ ਨਾਲ ਕਹਿਣਾ ਪੈਂਦਾ ਕਿ 10 ਅਗਸਤ 2017 ਦੀ ਪੰਜਾਬ ਸਰਕਾਰ ਨੂੰ ਸੌਂਪੀ ਹੋਈ ਆ ਚੀਫ ਮਿਨਿਸਟਰ ਨੇ ਕਿਹਾ ਸੀ 15 ਦਿਨਾਂ ਦੇ ਵਿੱਚ ਐਕਸ਼ਨ ਟੇਕਨ ਰਿਪੋਰਟ ਲਵੋ ਆਪਣੇ ਚੀਫ ਸੈਕਟਰੀ ਨੂੰ 8 ਮਹੀਨਿਆਂ ਤੋਂ ਬਾਅਦ ਬਜਟ ਇਜਲਾਸ ਦੇ ਅਖੀਰਲੇ ਦਿਨ ਵਿੱਚ ਪੇਸ਼ ਕੀਤੀ ਔਰ ਫਿਰ ਕਿਹਾ ਗਿਆ ਕਿ ਅਗਲੇ ਇਜਲਾਸ ਵਿੱਚ ਜਿਹੜਾ ਕਿ 6 ਮਹੀਨੇ ਬਾਅਦ ਹੋਵੇਗਾ ਅਸੀਂ ਉੱਤੇ ਬਹਿਸ ਕਰਾਂਗੇ ਇਹਦਾ ਮਤਲਬ ਹੈ ਕਿ 1.5 ਸਾਲ ਪੰਜਾਬ ਦੀ ਸਰਕਾਰ ਕਾਂਗਰਸ ਦੀ ਚਾਹੁੰਦੀ ਹੈ ਕਿ 1.5 ਸਾਲ ਦਾ ਸਮਾਂ ਸਾਨੂੰ ਚਾਹੀਦਾ ਭ੍ਰਿਸ਼ਟਾਚਾਰ 'ਤੇ ਬਹਿਸ ਕਰਨ ਲਈ ਇਹਦੇ ਨਾਲੋਂ ਵੱਡੀ ਸ਼ਰਮਨਾਕ ਗੱਲ ਪੰਜਾਬ ਸਰਕਾਰ ਵਾਸਤੇ ਜਿਹੜੀ ਕਹਿੰਦੀ ਸੀ ਕਿ 0 ਟੋਲਰੈਂਸ ਹੋਵੇਗੀ ਕਰਪਸ਼ਨ ਲਈ ਪਰ ਮੈਂ ਮਹਿਸੂਸ ਕਰ ਰਿਹਾ ਦੇਖ ਰਿਹਾ ਕਿ ਇਹ ਵੱਡੇ ਤਾਕਤਵਰ ਜਿਹੜੇ ਦਾਗੀ ਬੰਦੇ ਨੇ ਰਾਣੀ ਗੁਰਜੀਤ ਵਰਗੇ ਉਹਨਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਆ ਕੋਈ ਕਸਰ ਨਹੀਂ ਛੱਡ ਰਹੀ ਇਸ ਲਈ ਸਾਡਾ ਨੈਤਿਕ ਫਰਜ਼ ਹੈ ਕਿ ਅਸੀਂ ਇਸ ਸਾਰੀ ਰਿਪੋਰਟ ਨੂੰ ਮੈਂ STF ਦੀ ਰਿਪੋਰਟ ਜੋ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਇਹ ਜਨਤਕ ਕੀਤੀ ਜਾਣੀ ਮੈਂ ਉਹਦਾ ਹਮੇਤੀ ਹਾਂ ਅਸੀਂ ਲੋਕਾਂ ਦੇ ਕੋਲੋਂ ਤੱਥ ਕਿਉਂ ਲੁਕੋ ਰਹੇ ਹਾਂ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ ਸਭ ਤੋਂ ਬਰਨਿੰਗ ਇਸ਼ੂ ਆ ਔਰ STF ਦੀ ਰਿਪੋਰਟ ਜੋ ਹਾਈਕੋਰਟ ਵਿੱਚ ਪੇਸ਼ ਕੀਤੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਬਿਕਰਮ ਮਜੀਠੀਆ ਵਰਗੇ ਤਾਕਤਵਰ ਲੋਕਾਂ ਦੇ ਖਿਲਾਫ਼ ਕਾਫ਼ੀ ਸਬੂਤ ਆ ਜਿਸ ਦੀ ਜਾਂਚ ਹੋਣੀ ਚਾਹੀਦੀ ਆ ਇਹ ਤੱਥ ਲੋਕਾਂ ਤੋਂ ਲੁਕੋ ਕੇ ਮੈਂ ਸਮਝਦਾ ਕਿ ਕਾਂਗਰਸ ਦੀ ਸਰਕਾਰ ਔਰ ਇਹ ਲੋਕਾਂ ਦੇ ਨਾਲ ਇੱਕ ਧੋਖਾ ਕੀਤਾ ਜਾ ਰਿਹਾ ਮੇਰਾ ਇਹ ਮੰਨਣਾ ਵਾ ਕਿ ਜਦ ਨਸ਼ੇ ਪੰਜਾਬ ਦੇ ਵਿੱਚ 19 ਦੇਰ ਤਾਂ ਨਹੀਂ ਖਤਮ ਹੋਣਗੇ ਜਦੋਂ ਤੱਕ ਤੁਸੀਂ ਤਾਕਤਵਰ ਵੱਡੇ ਆਦਮੀਆਂ ਦੇ ਖਿਲਾਫ਼ ਕਾਰਵਾਈ ਨਹੀਂ ਕਰਦੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਬਿਕਰਮ ਮਜੀਠੀਆ ਵਰਗੇ ਜਿਨ੍ਹਾਂ ਦੇ ਖਿਲਾਫ਼ 1 ਨਹੀਂ 2 ਨਹੀਂ ਕਾਫ਼ੀ ਅਰਸੇ ਤੋਂ ਸਬੂਤ ਆ ਰਹੇ ਨੇ ਜਗਦੀਸ਼ ਭੋਲੇ ਦੇ ਜਗਜੀਤ ਚਾਹਲ ਦੇ ਬਿੱਟੂ ਔਲਖ ਦੇ ਸੱਤਾ ਪਿੰਦਾ ਕੈਨੇਡਾ ਦੇ ਡਰੱਗ ਕਾਰਟਲਸ ਦੇ ਉਹਨਾਂ ਦੇ ਖਿਲਾਫ਼ ਅਮਰਿੰਦਰ ਸਿੰਘ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਉਲਟਾ ਮੇਰੇ ਖਿਲਾਫ਼ ਬਿਲਕੁਲ ਮਨ ਘੜਤ ਬੇਬੁਨਿਆਦ ਕੇਸ ਵਿੱਚ ਸੁਪਰੀਮ ਕੋਰਟ ਤੱਕ ਜਾ ਕੇ ਉਹ ਮੇਰਾ ਮੈਨੂੰ ਹਾਊਂਡ ਕਰ ਰਹੇ ਨੇ ਔਰ ਮੁਕਲ ਰੋਤਗੀ ਵਰਗੇ ਵੱਡੇ ਵੱਡੇ ਵਕੀਲ ਜਿਹੜੇ 25-25 ਲੱਖ ਰੁਪਏ ਇੱਕ ਦਿਨ ਦਾ ਲੈਂਦੇ ਨੇ ਉਹਨਾਂ ਨੂੰ ਮੇਰੇ ਖਿਲਾਫ਼ ਖੜ੍ਹੇ ਕਰਕੇ ਤਾਂ ਮੈਂ ਸਮਝਦਾ ਕਿ ਅਮਰਿੰਦਰ ਸਿੰਘ ਜੀ ਦੀ ਜਿਹੜੀ ਇਹ ਪੱਖਪਾਤੀ ਰਵੱਈਆ ਵਾ ਆਪਣੇ ਅਕਾਲੀ ਸਾਥੀਆਂ ਨੂੰ ਬਚਾ ਰਹੇ ਨੇ ਅਤੇ ਸਾਡੇ ਖਿਲਾਫ਼ ਇਹ ਸਾਰੀ ਜਿਹੜੀ ਕਾਰਵਾਈ ਕਰ ਰਹੇ ਨੇ ਉਹ ਗਲਤ ਆ STF ਦੀ ਰਿਪੋਰਟ ਉਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਔਰ ਉਸ ਰਿਪੋਰਟ ਵਿੱਚ ਕੀ ਤੱਥ ਆਏ ਨੇ ਉਹ ਪੰਜਾਬ ਦੇ ਲੋਕਾਂ ਨੂੰ ਜਾਣਨ ਦੀ ਪੂਰੀ ਪੂਰੀ ਹੱਕਦਾਰੀ ਹੈ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼